ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹਾਂ ਕਿ ਆਪਾਂ ਖੜ੍ਹੇ ਹਾਂ ਟਾਟਾ ਕਰਬ ਦੇ ਸਾਹਮਣੇ। ਈਵੀ ਮਾਡਲ ਆਇਆ ਆਪਣੇ ਪਟਿਆਲੇ ਸ਼ਹਿਰ ਦੇ ਵਿੱਚ, ਅਤੇ ਰੇਂਜ ਵੀ ਬਹੁਤ ਸੋਹਣੀ ਆ ਇਹਦੀ ਗੱਡੀ ਦੀ। ਅਤੇ ਲੁੱਕ ਯਾਰ ਫਿਚਰਿਸਟਿਕ ਐਡੀ ਸੋਹਣੀ ਆ ਵੀ ਲੋਕ ਵੀ ਇੱਥੇ ਆ ਰੱਖੇ ਆ ਆਪਣੀ ਬੁਕਿੰਗ ਕਰਾਉਣ। ਅਤੇ ਪਹਿਲੀ ਗੱਲ ਤਾਂ ਆਪਾਂ ਲੁੱਕ ਚੈੱਕ ਕਰ ਲਈਏ ਗੱਡੀ ਦੀ, ਅਤੇ ਲੁੱਕ ਚੈੱਕ ਕਰਨ ਤੋਂ ਬਾਅਦ ਪੂਰੀ ਅੱਗੇ ਦੀ ਲੈ ਕੇ ਪਿੱਛੇ ਤੱਕ, ਹੈ ਨਾ, ਵੀ ਕਿਆ ਹੀ ਬਾਤਾਂ ਨੇ। ਤਾਰੀਫ ਕਰਨੀ ਜਿੰਨੀ ਆਪਾਂ ਕਰਦੀ ਉਨੀ ਥੋੜ੍ਹੀ ਆ ਇਹਦੀ ਤਾਰੀਫ, ਸੋਹਣੀ ਐਡੀ ਆ ਅਤੇ ਨਜ਼ਾਰਾ ਦੇਣ ਇੰਨੀ ਆ ਵੀ ਦਿਲ ਨਹੀਂ ਲੱਥਦਾ। ਜਦ ਵੀ ਮੈਂ ਇਹਨੂੰ ਪਹਿਲੀ ਵਾਰੀ ਦੇਖਿਆ ਸੀਗਾ, ਹੈ ਨਾ, ਪਹਿਲੀ ਵਾਰੀ ਦੇਖਣ ਤੋਂ ਬਾਅਦ ਨਸ਼ਾ ਜਿਹਾ ਹੋਗਾ। ਮੈਂ ਯਾਰ ਇੱਕ ਵਾਰੀ ਸ਼ੋਰੂਮ ਵਿਜ਼ਿਟ ਕਰੀਏ, ਇੱਕ ਵਾਰੀ ਪਤਾ ਕਰੀਏ ਵੀ ਹੈ ਕੀ ਚੀਜ਼ ਆ, ਸੋਹਣੀ ਇੰਨੀ ਆ। ਆ ਡਿਜ਼ਾਇਨ ਦੇਖ ਲਓ ਜਿਹੜੀ, ਆ ਸ਼ੇਪ ਆ ਗਈ, ਹੈ ਨਾ, ਆ ਸ਼ੇਪ ਤੁਸੀਂ ਚੈੱਕ ਕਰ ਸਕਦੇ ਵੀ ਐਡੀ ਸੋਹਣੀ ਆ। ਲੁੱਕ ਵਾਈਜ਼ ਅਤੇ ਸਾਰਾ ਕੰਮ ਘੈਂਟ, ਸਨਰੂਫ ਵੀ ਦੇ ਰੱਖਿਆ ਅੰਦਰੋਂ, ਇੰਨੇ ਪ੍ਰੀਮੀਅਮ ਪ੍ਰੀਮੀਅਮ ਫੀਚਰਸ ਨੇ। ਇਹ ਇਲੈਕਟ੍ਰਿਕ ਵਰਜ਼ਨ ਮੈਂ ਤੁਹਾਨੂੰ ਦਿਖਾ ਰਿਹਾ, ਇਹਦੇ ਵਿੱਚ ਆਪਣਾ ਆਉਂਦਾ ਆ ਈਵੀ ਮਾਡਲ ਆ ਗਿਆ, ਪੈਟਰੋਲ ਆ ਗਿਆ, ਡੀਜ਼ਲ ਆ ਗਿਆ। ਅਤੇ ਜਿਹੜੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਆਪਣੀ ਆ ਕੇ ਪਟਿਆਲੇ ਸ਼ੋਰੂਮ ਦੇ ਉੱਤੇ ਜਲਦੀ ਤੋਂ ਜਲਦੀ ਬੁੱਕ ਕਰਾਓ ਗਾਇਸ। ਡਿਸਕਾਊਂਟ ਵੀ ਚੱਲ ਰਿਹਾ, ਆਫਰ ਵੀ ਚੱਲ ਰਹੀ ਆ, ਅਤੇ ਜਿਹੜੀ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਆਪਾਂ ਸਾਰੀਆਂ ਮੈਂਸ਼ਨ ਕਰਾਂਗੇ ਅੱਜ, ਦਿਖਾਵਾਂਗੇ ਗੱਡੀ ਦੇ ਵਿੱਚ ਕੀ ਚੀਜ਼ ਪੈਂਦੀ ਆ, ਕੀ ਨਹੀਂ, ਹੈ ਨਾ। ਅੱਗੋਂ ਪਿੱਛੋਂ ਅੰਦਰੋਂ ਬਾਹਰੋਂ ਮਿਊਜ਼ਿਕ ਸਿਸਟਮ ਵੀ ਇੰਨਾ ਤਕੜਾ ਗੱਡੀ ਦਾ, ਯਾਰ ਕਿਆ ਹੀ ਬਾਤਾਂ ਨੇ। ਜਿਹੜੀ ਇਹ ਚੀਜ਼ ਆ ਗਈ ਨਾ, ਪਹਿਲਾਂ ਸੋਹਣੀ ਲੱਗਦੀ ਆ। 360 ਕੈਮਰਾ ਵੀ ਆ ਗਿਆ ਗੱਡੀ ਦੇ ਵਿੱਚ, ਪਿਆਨੋ ਫਿਨਿਸ਼ ਆ, ਮਤਲਬ ਕਿ ਕੋਈ ਪੇਂਟ ਪੂੰਟ ਟਾਈਪ ਲੱਗਦਾ ਹੀ ਨਹੀਂ, ਹੱਥ ਲਾਏ ਦੇ ਐਂ ਲੱਗਦਾ ਜਿਵੇਂ ਮੈਲੀ ਮੈਲੀ ਨਾ ਹੋ ਜਾਏ ਯਾਰ ਗੱਡੀ। ਸੋ ਸਭ ਤੋਂ ਵਧੀਆ ਇੱਕ ਹੋਰ ਫੀਚਰ ਆ, ਪਹਿਲੀ ਗੱਲ ਤਾਂ ਟੈਸਲਾ ਵਾਲੇ ਆ ਗਏ ਵੀ, ਆ ਦੇਖ ਲਓ, ਹੈ ਨਾ, ਹੱਥ ਲਾਉਂਦੇ ਆ ਤਾਂ ਐਂ ਲੱਗਦਾ ਜਿਵੇਂ ਬਹੁਤ ਹੀ ਪ੍ਰੀਮੀਅਮ ਫੀਲ ਕਰਾਉਂਦੀ ਹੈ ਗੱਡੀ। ਵਿੱਚ ਕੀ ਦਾ ਵੀ ਫੀਚਰ ਆ ਗਿਆ, ਚਾਬੀ ਵੀ ਆ ਗਈ, ਜੇ ਆਪਾਂ ਨੇ ਦੂਸਰੇ ਹਿਸਾਬ ਦੇ ਨਾਲ ਇਹਨੂੰ ਅਨਲੋਕ ਕਰਨਾ ਗੱਡੀ ਨੂੰ, ਉਹਦੇ ਬਾਅਦ ਵੀ ਇਹ ਹੋ ਜੂਗੀ। ਇੱਧਰਲੇ ਪਾਸੇ ਆਪਾਂ ਟਾਕੀ ਖੋਲਦੇ ਸਾਰੀ, ਹੈ ਨਾ, ਇਹਦੇ ਵਿੱਚ ਆਪਾਂ ਫਾਈਲ ਫੂਲ ਰੱਖ ਸਕਦੇ ਹਾਂ, ਲੇਕਿਨ ਇਹਦੇ ਵਿੱਚ ਬੋਟਲ ਦੀ ਆਪਸ਼ਨ ਹੈਗੀ ਆ, ਇੱਧਰਲੇ ਪਾਸ ਹੈਗੀ ਆ, ਇੱਧਰਲੀ ਸਾਈਡ 'ਤੇ, ਹੈ ਨਾ, ਟੇਢੇ ਐਂਗਲ ਕਰਕੇ ਤੁਸੀਂ ਬੋਟਲ ਰੱਖ ਸਕਦੇ ਹੋ। ਇਹ ਵੀ ਆਪਣੇ ਹੈਂਡਲ ਕ੍ਰੋਮ 'ਚ ਆ ਗਏ ਪੂਰੇ, ਐਨ ਵਧੀਆ ਪਲਾਸਟਿਕ, ਤੁਹਾਨੂੰ ਪਤਾ ਹੀ, ਨਾਲੇ ਟਾਟਾ ਦੀ ਬਿਲਟ ਕੁਆਲਿਟੀ ਵੀ ਕਿੱਡੀ ਸ਼ਾਨਦਾਰ ਹੁੰਦੀ। ਦੂਜੀ ਮੇਨ ਗੱਲ ਜਿਹੜਾ ਇਹਦਾ ਸਟੀਅਰਿੰਗ ਵੀਲ ਆ ਗਿਆ ਦੋਸਤੋ, ਜਿਹੜਾ ਕਲਸਟਰ ਆਪਾਂ ਦੇਖ ਰਹੇ ਹਾਂ, ਇਹ ਵੀ ਇਹਦੇ 'ਤੇ ਵੀ ਲੋਗੋ ਚੱਲਦਾ। ਲੋਗੋ ਚੱਲਣ ਤੋਂ ਬਾਅਦ ਉਸ ਤੋਂ ਬਾਅਦ ਸਕਰੀਨ ਆਪਾਂ ਦੇਖ ਲਈਏ, ਚਾਬੀ ਵੀ ਦੇ ਸਕਦਾ। ਮੈਂ ਕਿਹਾ ਚਾਬੀਆਂ ਵੀ ਕਿੱਡੀਆਂ ਸੋਹਣੀਆਂ ਬਣਾ ਦਿੱਤੀਆਂ ਨੇ ਟਾਟਾ ਵਾਲਿਆਂ ਨੇ, ਵੀ ਨਜ਼ਾਰਾ ਹੀ ਲਿਆ ਰੱਖਿਆ ਸਾਰੇ ਕੰਮ ਦਾ। ਲੋਕ ਅਨਲੋਕ ਦਾ ਫੀਚਰ ਆ ਗਿਆ, ਹੈਡਲਾਈਟ ਦਾ ਆ ਗਿਆ, ਅਤੇ ਆਪਾਂ ਗੱਡੀ ਦੇ ਹੀ ਬੂਟ ਬਟਨ ਤੋਂ ਹੀ ਦੱਬ ਕੇ ਖੋਲ ਸਕਦੇ ਹਾਂ। ਉਸ ਤੋਂ ਬਾਅਦ, ਹੈ ਨਾ, ਗੱਡੀ ਦੇ ਅੰਦਰ ਵਿੱਚ ਬੈਠਣ ਦੇ ਸੀਟਾਂ ਹੋ ਗਈਆਂ, ਜਿਹੜੀ ਲੈਦਰ ਪ੍ਰੀਮੀਅਮਨੈਸ ਇਹ ਫੀਲ ਕਰਾ ਰਹੀ ਹੈ, ਇੰਨੀ ਪ੍ਰੀਮੀਅਮ ਲੁੱਕ, ਮੈਂ ਕਿਹਾ ਹੀ ਬਾਤਾਂ ਨੇ ਯਾਰ, ਤਾਰੀਫ ਜਿੰਨੀ ਉਨੀ ਥੋੜ੍ਹੀ। ਬਟਨ ਆ ਗਿਆ, ਹੁਣ ਇਹਨੂੰ ਮੈਂ ਦੱਬ ਕੇ, ਬਟਨ ਨੂੰ ਆਪਾਂ ਦੱਬਦਾ ਆ, ਇੱਕ ਵਾਰੀ ਕਲਿੱਕ ਕਰਤਾ ਆ, ਇੱਕ ਵਾਰੀ ਬਟਨ ਆ ਗਿਆ, ਲਾਈਟ ਆ ਗਈ ਇੱਕ। ਓਹੋ ਹੋ, ਕਿਆ ਯਾਰ ਤੂਫਾਨ ਮੇਲ ਗੱਡੀ ਬਣਾ ਰੱਖੀ ਹੈ ਬਾਈ ਜੀ। ਸੋ, ਹੈ ਨਾ, ਸ਼ੀਸ਼ੇ ਆ ਗਏ ਯਾਰ, ਆਪਣਾ ਰੇਂਜ ਜਿਵੇਂ ਹੁਣ ਰੇਂਜ ਦਿਖਾ ਰਿਹਾ, 170 ਕਿਲੋਮੀਟਰ ਦੀ ਰੇਂਜ ਹੈ, ਟਾਟਾ ਦਾ ਲੋਗੋ ਬਾਈ ਜੀ। ਆ ਯਾਰ ਬੜੀ ਯਾਰ ਘੈਂਟ ਚੀਜ਼ ਆ ਯਾਰ, ਬਹੁਤ ਬਹੁਤ ਵਧੀਆ ਚੀਜ਼ ਤਿਆਰ ਕੀਤੀ ਹੈ ਜੀ ਟਾਟਾ ਵੱਲੋਂ, ਇੱਕ ਮਤਲਬ ਤੁਸੀਂ ਕਹਿ ਲਓ ਨਵਾਂ ਪ੍ਰੋਡਕਟ, ਨਵੀਂ ਟੈਕਨੀਕ ਦੇ ਨਾਲ ਤਿਆਰ ਕੀਤਾ ਹੋਇਆ। ਇਹ ਸਕਰੀਨ ਵੀ ਐਂ ਲੱਗਦਾ ਬੰਦਾ ਇਹਦੇ 'ਤੇ ਬੈਠ ਕੇ ਵੀਡੀਓ ਗੇਮ ਵੀ ਖੇਡੀ ਜਾਵੇ, ਹੈ ਨਾ, ਮੇਰੇ ਹਿਸਾਬ ਨਾਲ 10 ਇੰਚ ਤੋਂ ਉੱਪਰ ਹੋ ਗਈ ਸਕਰੀਨ ਇਹ। ਹਾਂ ਜੀ, ਵੀ ਕਾਫੀ ਵਧੀਆ ਇਨਫੋ ਸਿਸਟਮ, ਬਾਕੀ ਸਾਊਂਡ ਸਿਸਟਮ ਕਾਫੀ ਵਧੀਆ ਇਹਦਾ ਪਹਿਲਾਂ ਨਾਲੋਂ। ਸਭ ਤੋਂ ਪਲੱਸ ਪੁਆਇੰਟ ਇਹ ਜਿਹੜਾ ਉੱਪਰ ਇਹਨਾਂ ਨੇ
ਪੈਨੋਰਾਮਿਕ ਸਨਰੂਫ ਦੇਤਾ। ਕਿਆ ਬਾਤ ਹੈ, ਜਿਹੜਾ ਇਹ ਸਨਰੂਫ ਆ ਗਿਆ ਇੱਕ ਕਲਿੱਕ ਦੇ ਉੱਤੇ ਹੀ, ਟਾਕੀ ਖੁੱਲ ਗਈ, ਸਨਰੂਫ ਖੁੱਲ ਗਿਆ ਇੱਕ ਕਲਿੱਕ ਦੇ ਨਾਲ ਹੀ, ਬੰਦ ਕੀਤਾ। ਜੇਕਰ ਤੁਸੀਂ ਕਰਟਨ ਖੁੱਲ੍ਹਾ ਰੱਖਣਾ ਚਾਹੁੰਦੇ ਹੋ ਤੁਸੀਂ ਖੁੱਲ੍ਹਾ ਰੱਖ ਸਕਦੇ ਹੋ, ਬਹੁਤ ਵਧੀਆ ਚੀਜ਼ ਹੈ ਇਹ। ਜਿਵੇਂ ਆਪਾਂ ਕਿਤੇ ਪਹਾੜਾਂ ਦੇ ਵਿੱਚ ਜਾ ਰਹੇ ਹਾਂ ਤਾਂ ਉੱਪਰੋਂ ਸੋਹਣਾ ਵਿਊ ਲੱਗਦਾ ਹੁੰਦਾ ਹੈ, ਮੀਂਹ ਕਣੀਆਂ ਪੈਂਦੀਆਂ। ਓਕੇ ਹਾਂਜੀ, ਅਤੇ ਇਹਨੂੰ ਕਰਟਨ ਨੂੰ ਕਲੋਜ਼ ਕਰਨ ਵਾਸਤੇ ਬਿਲਕੁਲ ਇੱਕ ਹਾਂਜੀ ਵਾਰੀ ਕੰਪਰੈਸ ਹਾਂਜੀ ਅੱਗੇ ਨੂੰ ਕਲਿੱਕ ਹਾਂਜੀ ਕਰਤਾ ਜੀ, ਇੱਕ ਵਾਰ ਕਲਿੱਕ ਕਰੇ ਦੇ ਉੱਤੇ ਇੰਨਾ ਆ ਗਿਆ। ਅਤੇ ਬਾਈ ਜੀ ਜਿੰਨੀ ਕੁ ਇਹਦੀ ਰੇਂਜ ਹੈਗੀ, ਇਹਨੇ ਬਾਈ ਜੀ ਇਹਦੀ ਰੇਂਜ ਕਿੰਨੀ ਕੁ ਹੁੰਦੀ ਹੋਊਗੀ? ਰੇਂਜ ਭਾਜੀ ਜਿਵੇਂ ਇਹ ਆ ਜਾਂਦੀ ਹੈ ਬੈਟਰੀ ਪੈਕੇਜ ਦੇ ਵਿੱਚ ਵੱਡਾ ਆ ਜਾਂਦਾ, ਸੋ ਇਹ ਆ ਵੀ ਨੀਅਰ ਅਬਾਊਟ ਕੰਪਨੀ ਕਲੇਮ ਕਰਦੀ ਹੈ ਜਿਹੜੀ 400 ਤੱਕ ਹੈ, ਬਟ ਇਹ ਆ ਵੀ 350-340 ਕਿਲੋਮੀਟਰ ਕੱਢ ਜਾਂਦੀ ਹੈ ਜੀ। 350-350 ਆਪਾਂ ਮੰਨ ਕੇ ਹਾਂਜੀ ਚੱਲੀਏ ਵੀ ਇੰਨੀ ਕੱਢ ਦਿੰਦੀ ਆਰਾਮ ਨਾਲ। ਅਤੇ ਇੱਥੇ ਦੀ ਆਪਾਂ ਥੋੜ੍ਹੀ ਗੱਲ ਕਰ ਲਈਏ ਵੀ ਇਹਦੇ 'ਚ ਆਪਾਂ ਨੂੰ ਕਿੰਨੇ ਕਿੰਨੇ ਕਿਵੇਂ ਕਿਵੇਂ ਫੀਚਰ ਆਏ ਨੇ ਇਹਦੇ ਵਿੱਚ। ਜੇ ਗੱਲ ਕੀਤੀ ਜਾਵੇ 3 ਡਰਾਈਵਿੰਗ ਮੋਡ ਆ ਜਾਂਦੇ ਆ, ਜਿਵੇਂ ਈਕੋ ਆ ਗਿਆ, ਸਿਟੀ ਆ ਗਿਆ, ਸਪੋਰਟਸ ਆ ਗਿਆ। ਠੀਕ ਹੈ ਜੀ, ਜੇ ਤਾਂ ਆਪਾਂ ਜਿਵੇਂ ਸ਼ਹਿਰ ਦੇ ਵਿੱਚ ਚਲਾਉਣੀ ਆ ਤਾਂ ਹਾਂਜੀ ਆਪਾਂ ਈਕੋ ਮੋਡ ਤੇ ਚਲਾ ਸਕਦੇ ਹਾਂ, ਜਿਹਦੇ ਨਾਲ ਕੀ ਹੈ ਵੀ ਫਰਕ ਪੈਂਦਾ ਰੇਂਜ ਦਾ ਥੋੜ੍ਹਾ ਬਹੁਤ ਆ ਜੀ। ਠੀਕ ਹੈ ਜੀ, ਸਿਟੀ ਮੋਡ ਆ ਜਿਵੇਂ ਆਪਾਂ ਕਿਤੇ ਜਾ ਰਹੇ ਹਾਂ ਲੌਂਗ ਡਰਾਈਵ ਤੇ ਤਾਂ ਉਹ ਰੱਖ ਸਕਦੇ ਹਾਂ ਜੀ। ਸਪੋਰਟਸ ਦੀ ਗੱਲ ਕੀਤੀ ਜਾਵੇ ਜਿੱਥੇ ਆਪਾਂ ਨੂੰ ਪਾਵਰ ਪਿਕਅਪ ਦੀ ਲੋੜ ਆ ਜ਼ਿਆਦਾ, ਜਿਵੇਂ ਬੈਟਰੀ ਪੈਕੇਜ ਹੈ ਜੀ ਉਹਦੇ ਵਿੱਚ, ਹਾਂਜੀ, ਤਾਂ ਵੀ ਹੋਰ ਜ਼ਿਆਦਾ ਪਾਵਰ ਦਊਗੀ, ਪਰ ਉਹੀ ਆ ਵੀ ਉਨੀ ਛੇਤੀ ਬੈਟਰੀ ਖਾਊਗੀ, ਇਹ ਚੀਜ਼ ਆ ਜਾਂਦੀ ਹੈ। ਠੀਕ ਹੈ ਭਰਾ। ਸੋ ਉਸ ਤੋਂ ਬਾਅਦ ਜਿਹੜਾ ਕਲਸਟਰ ਸਿਸਟਮ ਹੈ ਸਾਰਾ ਉਹ ਟੱਚ ਆ ਗਿਆ ਜੀ। ਇੱਧਰ ਜਿਹੜੇ ਬਟਨ ਆਪਣੇ ਏਸੀ ਵਾਲੇ ਹੋਰ ਆ ਗਏ, ਜਿਵੇਂ ਆਪਣਾ ਡੀਫੋਗਰ ਹੋ ਗਏ, ਜਾਂ ਆਪਾਂ ਬੂਟ ਖੋਲ੍ਹਣਾ ਇਹਦਾ ਗੱਡੀ ਦਾ ਉਹ ਵੀ ਆ। ਕੈਮਰਾ ਜਿਵੇਂ 360 ਕੈਮਰਾ ਆ ਜਾਂਦੇ ਇਹਦੇ ਵਿੱਚ, 360 ਕੈਮਰਾ ਆ ਗਿਆ ਜੀ, ਇਹ 3D ਆਪਣਾ ਇਧਰੋਂ ਆਪਾਂ ਸਾਰਾ ਦੇਖ ਸਕਦੇ ਬਾਈ ਜੀ। ਮੈਂ ਇਹ ਪਹਿਲੀ ਵਾਰੀ ਚੀਜ਼ ਦੇਖ ਰਿਹਾ ਹੈ ਨਾ, ਮੈਂ ਫਸਟ ਟਾਈਮ ਦੇਖ ਰਿਹਾ ਗੱਡੀ ਦੇ ਵਿੱਚ, ਮੈਂ ਕਰਵ ਦੇ ਵਿੱਚ ਦੇਖੀ ਆ ਚੀਜ਼, ਵੀ ਐ ਲੱਗ ਰਿਹਾ ਜਿਵੇਂ ਮੈਂ ਬੈਠਾ ਬੈਠਾ ਵੀਡੀਓ ਗੇਮ ਨਹੀਂ ਖੇਡ ਰਿਹਾ ਹੁੰਦਾ ਯਾਰ। ਇਹ ਨਵਾਂ ਪ੍ਰੋਡਕਟ ਹੈ ਤਾਂ ਇਹਦੇ ਵਿੱਚ ਫੀਚਰ ਸਾਰੇ, ਕਿਉਂਕਿ ਅੱਜ ਕੱਲ੍ਹ ਲੋਡ ਹੋ ਗਈ 360 ਕੈਮਰਾ ਹਰੇਕ ਬ੍ਰਾਂਡ ਦੇ ਰਿਹਾ ਜੀ। ਸੋ ਉਹਦੇ ਨਾਲ ਟਾਟਾ ਨੇ ਵੀ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਆ ਵੀ ਆਪਣੇ ਵੱਲੋਂ ਜੋ ਹੋ ਸਕਦਾ ਸਾਰਾ ਬੈਸਟ ਦਿੱਤਾ ਜੀ ਇਹਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਦੈਨ ਉਸ ਤੋਂ ਬਾਅਦ ਇਹ ਤੁਹਾਡਾ ਫਰੰਟ ਦਾ ਆ ਗਿਆ ਜੀ, ਦੋਨੋਂ ਪਾਸਿਆਂ ਦਾ, ਦੋਨੋਂ ਪਾਸਿਆਂ ਦਾ ਠੀਕ ਹੈ ਜੀ। ਇਹ ਤੁਹਾਡਾ ਬੈਕ ਦਾ ਆ ਗਿਆ ਦੋਨੋਂ ਪਾਸਿਆਂ ਦਾ, 2D ਦੇ ਵਿੱਚ ਆ ਜਾਂਦਾ ਜਿਵੇਂ ਤੁਸੀਂ ਫਰੰਟ ਹੀ ਦੇਖਣਾ ਜੀ ਗੱਲਾਂ, ਸੋ ਇਹ ਚੀਜ਼ ਆ ਸਕਦੀ ਹੈ ਜੀ। ਸਹੀ ਆ ਯਾਰ, ਆਹ ਵਾਲੀ ਚੀਜ਼ ਵੀ ਬੜੀ ਸ਼ਾਨਦਾਰ ਹੀ ਹੈ ਨਾ। ਇਹ ਗੇਅਰ ਨੌਬ ਹੈ ਸਰ, ਜਿਵੇਂ ਆਪਾਂ ਰਿਵਰਸ ਪਾਉਣੀ ਆ ਤਾਂ ਆਰ ਤੇ ਨਿਊਟਰਲ ਆ ਗਿਆ ਜੀ, ਡੀ ਤੇ ਡਰਾਈਵ ਆ ਗਿਆ ਜੀ, ਜੇ ਆਪਾਂ ਡਰਾਈਵ ਕਰਨੀ ਹੈ ਜੀ ਗੱਡੀ, ਇਹ ਚੀਜ਼ਾਂ ਆ ਜਾਂਦੀਆਂ। ਇਹ ਵੀ ਜਿੰਨੇ ਵੀ ਇਹ ਫੰਕਸ਼ਨ ਨੇ ਇਹ ਸਾਰੇ ਟੱਚ ਨੇ, ਸਾਰੇ ਟੱਚ ਪੈਨਲ ਆ, ਸਾਰੇ ਵਰਕਿੰਗ ਹੈ ਜੀ। ਕੋਈ ਵੀ ਬਟਨ ਨਹੀਂ ਹੈ, ਬਟਨ ਸਿਰਫ ਆਪਣੇ ਕੋਲ ਆ ਸਿਰਫ ਦੋ ਬਟਨ ਆ ਗਏ। ਇਹ ਆ ਗਿਆ ਜਿਵੇਂ ਆਪਾਂ ਫੈਨ ਦੀ ਵੱਧ ਕਰਨੀ ਹੈ ਸਪੀਡ ਆ ਗਈ ਜੀ, ਇਹ ਚੀਜ਼ ਆ ਗਈ ਜਿਵੇਂ ਆਪਾਂ ਟੈਂਪਰੇਚਰ ਟੈਂਪਰੇਚਰ ਹਾਈ ਲੋ ਕਰਨਾ ਜੀ, ਸੋ ਇਹ ਚੀਜ਼ ਹੈ। ਬਾਕੀ ਆਪਾਂ ਏਸੀ ਇੱਥੋਂ ਵੀ ਕੰਟਰੋਲ ਕਰ ਸਕਦੇ ਹਾਂ, ਆਪਣਾ 3-4 ਪੁਆਇੰਟ ਜੋ ਵੀ ਹੈਗਾ ਜੀ, ਇੱਥੋਂ ਇਹ ਵੀ ਵਰਕ ਕਰਦਾ ਜੀ, ਨੀਚੋਂ ਵੀ ਵਰਕ ਕਰਦਾ ਜੀ, ਸੋ ਇਹ ਚੀਜ਼ ਆ ਜਾਂਦੀ ਹੈ। ਠੀਕ ਹੈ ਭਾਜੀ, ਕਲਸਟਰ ਹੋ ਗਿਆ ਜੀ, 에ਅਰਬੈਗ ਭਾਜੀ, ਫਿਰ ਗੱਡੀ ਦੇ ਵਿੱਚ ਸਿਕਿਉਰਿਟੀ ਆਪਾਂ ਨੂੰ ਟਾਟਾ ਵਾਲਿਆਂ ਦੀ ਪਤਾ ਹੀ ਹੈ ਨਾ, ਬਿਲਟ ਕੁਆਲਿਟੀ ਵੀ ਇਹਨਾਂ ਦੀ ਸਰ 5-star ਰੇਟਿੰਗ ਹੈ ਜਿਹੜੀ ਇਹਨਾਂ ਦੀ ਹੈਗੀ ਬਲੂ ਪਲੈਨ ਕੈਬ। ਬਾਕੀ 에ਅਰਬੈਗ ਅੱਜ ਕੱਲ ਮੈਨੂਫੈਕਚਰੀ ਕਰਤੇ 6-7 ਆ ਜਾਂਦੇ ਆ, ਜਿਵੇਂ ਮਿਡ ਵੇਰੀਐਂਟ ਉਹਨਾਂ ਦੇ ਵਿੱਚ। ਗੱਡੀ ਦੀ ਪਿੱਛੋਂ ਦੀ ਜਿਵੇਂ ਲੁੱਕ ਵੀ ਆਪਾਂ ਦਿਖਾ ਦਈਏ ਹੈ ਨਾ ਬਾਈ ਜੀ। ਬਿਲਕੁਲ ਬਿਲਕੁਲ ਸਰ, ਦੇਖਣ ਨੂੰ ਮਤਲਬ ਕਾਫੀ ਸੋਹਣੀ ਲੱਗਦੀ ਹੈ। ਆਪਣੀ ਹਾਈਟ ਵੀ ਹੈਗੀ, ਆਪਾਂ 5-7 ਦੀ ਮੇਰੀ ਹਾਈਟ ਆ, ਬਿਲਕੁਲ ਮੇਰੇ ਅਕੋਰਡਿੰਗ ਵੀ ਜੀ ਗੱਡੀ ਦੀ ਆਪਾਂ ਗੱਲ ਕੀਤੀ ਜਾਵੇ, ਐਨ ਬੈਠਣ ਨੂੰ ਵੀ ਪੂਰਾ ਨਜ਼ਾਰੇਦਾਰ, ਮਤਲਬ ਇੰਨਾ ਕੰਫਰਟੇਬਲ ਸੀਟਾਂ ਨੇ। ਤੇ ਉਸ ਤੋਂ ਬਾਅਦ ਛੱਤ ਦੀ ਵੀ ਗੱਲ ਕਰ ਲਈ, ਅਗਲੇ ਪਾਸੇ ਤਾਂ ਹੈੱਡ ਲੱਗਦਾ ਨਹੀਂ, ਬਿਲਕੁਲ ਜੀ ਬਿਲਕੁਲ, ਤੁਸੀਂ ਵੀ ਹੁਣ ਪੱਗ ਬੰਨੀ ਹੈ ਹਨਾ। ਬਾਕੀ ਇਹਦੇ ਪਲੱਸ ਪੁਆਇੰਟ ਇਹ ਆ, ਦੋਨੋਂ ਸੀਟਾਂ ਦੀਆਂ ਡਰਾਈਵਰ ਤੇ ਕੋ ਡਰਾਈਵਰ ਜਿਹੜੀ ਹਾਈਟ ਐਡਜਸਟੇਬਲ ਹੈ ਜੀ, ਤੁਸੀਂ ਉੱਚੀ ਨੀਵੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ। ਜਿਵੇਂ ਮੇਰੀ ਹਾਈਟ ਲੰਬੀ ਆ ਜੀ ਤਾਂ ਮੈਂ ਸੀਟ ਨੀਵੀਂ ਕਰ ਸਕਦਾ ਜੀ। ਅੱਛਾ, ਉਧਰਲੇ ਪਾਸੇ ਵੀ ਫੰਕਸ਼ਨ ਆ ਗਿਆ ਹਨਾ, ਹਾਈਟ ਡਰਾਈਵਰ ਤੇ ਕੋ ਡਰਾਈਵ ਦੋਨੋਂ ਸਾਈਡ ਆ ਗਿਆ ਜੀ। ਬਾਕੀ ਸੀਟ ਆਪਾਂ ਐਡਜਸਟ ਕਰ ਸਕਦੇ ਹਾਂ ਅੱਗੇ ਪਿੱਛੇ ਆਪਣੇ ਨਾਲ, ਜਿਹੜੀ ਤੁਹਾਡੀ ਸੀਟ ਆ ਸਰ ਉਹ ਇਲੈਕਟ੍ਰੋਨਿਕ ਐਡਜਸਟੇਬਲ ਆ। ਅੱਛਾ ਜੀ, ਤੁਸੀਂ ਇਲੈਕਟ੍ਰੋਨਿਕ ਤੁਹਾਡੇ ਰਾਈਟ ਹੈਂਡ ਸਾਈਡ ਸਵਿੱਚ ਦਿੱਤੇ ਹੋਏ ਉਹਨਾਂ ਨੂੰ ਤੁਸੀਂ ਉੱਪਰ ਨੀਚੇ ਅੱਗੇ ਪਿੱਛੇ ਸਾਰੀ ਤਰ੍ਹਾਂ ਕਰ ਸਕਦੇ ਹੋ ਜੀ।
ਵੀ ਇਹ ਪਲੱਸ ਪੁਆਇੰਟ ਆ ਜਾਂਦਾ ਜੀ ਇਹਦੇ ਵਿੱਚ। ਸਹੀ ਹੈ। ਹਾਂਜੀ ਪਿਛਲੇ ਪਾਸੇ ਜਿਹੜੀ ਇਹਦੀ ਬੂਟ ਦਾ ਜਿਹੜੀ ਕਰਵ ਆ ਗਈ ਬਿਲਕੁਲ ਉਹਦੇ ਤੋਂ ਹੀ ਇਹਦਾ ਨਾਮ ਮੇਰਾ ਕਰਵ ਰੱਖਿਆ ਪਿਆ ਇਹਨਾਂ ਨੇ। ਬਿਲਕੁਲ ਹੋ ਸਕਦਾ ਕੋਈ ਵੀ ਨਵਾਂ ਡਿਜ਼ਾਈਨ ਦੇਖਿਆ। ਦੂਜੀ ਗੱਲ ਇਹ ਬੂਟ ਆਪਾਂ ਅੰਦਰੋਂ ਵੀ ਖੋਲ ਸਕਦੇ ਹਾਂ ਤਾਂ ਬੈਕ ਸਾਈਡ ਤੇ ਵੀ ਸਵਿਚ ਦਿੱਤਾ ਹੋਇਆ। ਅੱਛਾ ਜੀ ਉੱਥੋਂ ਵੀ ਖੋਲ ਸਕਦੇ ਹਾਂ ਜੀ ਆਪਾਂ ਇੱਥੋਂ ਇੱਕ ਵਾਰੀ ਓਪਨ ਕਰਕੇ ਦਿਖਾਉਂਦੇ ਹਾਂ। ਬਿਲਕੁਲ ਆਹ ਸੁੱਚਿਆ ਜੀ ਆਪਣਾ ਕਿ ਅੰਦਰੋਂ ਆਪਣਾ ਬਿਲਕੁਲ ਜੀ ਇਹ ਹੁਣ ਆਪਣਾ ਬੂਟ ਓਪਨ ਹੋ ਵੀ ਗਿਆ ਜੀ। ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਵੀ ਪਹਿਲਾਂ ਮੱਥੇ ਮਾਰੀ ਜਾਂਦੇ ਥੱਲੋਂ ਦੀ ਬਟਨ ਨਹੀਂ ਦੱਬਿਆ ਨਹੀਂ ਜਾਂ ਬਿਲਕੁਲ ਕਰਿਆ ਹਾਂਜੀ ਬਸ ਇੱਕ ਕਲਿੱਕ ਕੀਤਾ ਤੇ ਪਿੱਛੋਂ ਹਾਂਜੀ ਬੂਟ ਓਪਨ ਹੋ ਗਿਆ। ਬਿਲਕੁਲ ਜੀ ਬਿਲਕੁਲ ਜੇ ਕਿਸੇ ਨੇ ਆਪਣਾ ਸਮਾਨ ਸਮੂਨ ਧਰਨਾ ਹੈ ਨਾ ਕਿਸੇ ਨੂੰ ਕਿਹਾ ਯਾਰ ਗੱਡੀ 'ਚੋਂ ਮੇਰੇ ਯਾਰ ਦੋਸਤ ਨੂੰ ਪਿੱਛੋਂ ਕੱਢ ਯਾਰ ਸਮਾਨ ਬਿਲਕੁਲ ਨਾਲ ਦੀ ਨਾਲ ਕੱਢ ਕੇ ਬਟਨ ਦਬਾ ਕੇ ਇੱਥੋਂ ਹੀ ਬੈਠੇ ਬੈਠੇ ਵੀ ਇੱਥੋਂ ਹੀ ਬੰਦ ਹੋ ਜੂ। ਬਿਲਕੁਲ ਨਹੀਂ ਹਾਂਜੀ ਬੰਦ ਨਹੀਂ ਬੰਦ ਸਰ ਇੱਥੋਂ ਵੀ ਹੋ ਜੂਗਾ ਬਾਕੀ ਪਿੱਛੇ ਵੀ ਬਟਨ ਦਿੱਤਾ ਗਿਆ ਜੀ ਇੱਥੋਂ ਵੀ ਕਲਿੱਕ ਕਰਕੇ ਬੰਦ ਵੀ ਇੱਥੋਂ ਹੋ ਜੂ। ਹਾਂਜੀ ਆਓ ਦੇਖੋ ਸਰ ਬੂਟ ਬੰਦ ਹੋ ਗਿਆ ਜੀ। ਯਾਰ ਇਹ ਬੜੀ ਘੈਂਟ ਜੀ ਆ ਵੀ ਬੰਦ ਕਰਨ ਵਾਸਤੇ ਮੈਨੂੰ ਉਤਰਨਾ ਨਹੀਂ ਉਤਰਨਾ ਨਹੀਂ ਪੈਣਾ। ਬਿਲਕੁਲ ਬਸ ਇਹ ਹੈ ਵੀ ਜਿਵੇਂ ਤੁਸੀਂ ਕਿਸੇ ਨੂੰ ਕਹਿਣਾ ਵੀ ਪਿੱਛੋਂ ਸਮਾਨ ਰੱਖਣਾ ਹੈ ਚੱਕਣਾ ਇੱਥੋਂ ਹੀ ਤੁਸੀਂ ਬੂਟ ਖੋਲੋ ਇੱਥੋਂ ਹੀ ਬੰਦ ਕਰ ਦਿਓ ਸੋ ਆਪਣਾ ਗੱਡੀ ਤੋਂ ਲੋ ਜੀ ਇਹ ਪਲੱਸ ਪੁਆਇੰਟ ਹੈ ਜੀ ਇਹਦੇ ਵਿੱਚ। ORVM ਇਹ ਵੀ ਮਤਲਬ ਆਟੋਮੈਟਿਕ ਹੈ ਇਹ ਵੀ ਆਟੋ ਡੀਮਿੰਗ ਹੈ ਬਿਲਕੁਲ ORVM ਆ ਗਿਆ ਇਹਦੇ ਵਿੱਚ ਟੌਪ ਵੇਰੀਅੰਟ ਦੇ ਵਿੱਚ ਜੀ ਜਿਵੇਂ ਆਪਾਂ ਨੂੰ ਪਹਿਲਾਂ ਪ੍ਰੋਬਲਮ ਹੁੰਦੀ ਸੀ ਵੀ ਪਿੱਛੋਂ ਲਾਈਟ ਪੈਂਦੀ ਸੀਗੀ ਹਾਂਜੀ ਸੋ ਹਾਂ ਉਹ ਪਹਿਲਾਂ ਨਾਰਮਲ ਆਉਂਦੇ ਹੁੰਦੇ ਸੀ ਇਹਦੇ ਵਿੱਚ ਕੀ ਆਟੋ ਆ ਗਏ ਤੁਸੀਂ ਇੱਥੋਂ ਆਨ ਵੀ ਕਰ ਸਕਦੇ ਹੋ ਆਫ ਵੀ ਕਰ ਸਕਦੇ ਹੋ ਆਟੋ ਡੀਮਿੰਗ ਬਿਲਕੁਲ ਜੀ ਬਿਲਕੁਲ ਜਿਵੇਂ ਇਹਦੇ ਵਿੱਚ ਆਪਣੇ ਹੁਣ ਹੈਗਾ ਜਿਹੜੇ ਟਾਇਰ ਦਾ ਸਾਈਜ਼ ਆ ਗਿਆ ਜੀ ਇਹ 18 ਇੰਚ ਦਾ ਆ ਗਿਆ ਹੈ ਨਾ। ਬਿਲਕੁਲ ਜੀ ਇਹਦੇ ਵਿੱਚ 18 ਇੰਚ ਦਾ ਆ ਗਿਆ ਜੀ ਆਪਾਂ ਪੈਟਰੋਲ ਡੀਜ਼ਲ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਜਿਵੇਂ ਪਹਿਲੇ ਵੇਰੀਐਂਟ ਹੈ ਜੀ ਉਹਦੇ ਵਿੱਚ ਕੀ ਹੈ 16 ਇੰਚ ਦਾ ਰਿਮ ਆ ਜਾਂਦਾ ਜੀ ਬੇਸ ਬੇਸ ਮਾਡਲ ਹਾਂਜੀ ਬੇਸ ਨੂੰ ਬੇਸ ਉਹਦੇ ਵਿੱਚ ਆ ਗਿਆ 16 ਦਾ ਉਹਦੇ ਵਿੱਚ 16 ਇੰਚ ਦਾ ਆਊਟਰ ਲੁੱਕ ਸਾਰੀ ਸੇਮ ਰਹੂਗੀ ਬਸ ਇਹ ਹੈ ਵੀ ਜਿਵੇਂ ਥੋੜਾ ਪਤਾ ਕਲੈਡਿੰਗ ਤੇ ਇਹਦੇ ਗਲੋਸ ਪੇਂਟ ਆ ਹਾਂਜੀ ਉਹਦਾ ਮੈਟ ਹੋ ਜੂਗਾ ਜੀ ਠੀਕ ਹੈ ਬਾਕੀ ਦੇਖੇ ਜੀ ਸੇਮ ਰਹੂਗੀ ਪੈਟਰੋਲ ਡੀਜ਼ਲ ਦੋਨਾਂ ਦੇ ਵਿੱਚ ਠੀਕ ਹੈ ਜੀ। ਸਿਰਫ ਫਰਕ ਕੀ ਹੈ ਜਿਵੇਂ ਇਹਦੇ ਵਿੱਚ ਫਰੰਟ ਤੇ ਬੈਟਰੀ ਪੈਕੇਜ ਜਾਂ ਮੋਟਰਾਂ ਸੀਗੀਆਂ ਉਹਨਾਂ ਦੇ ਵਿੱਚ ਇੰਜਨ ਆ ਜਾਊਗਾ ਇੰਜਨ ਪੈਟਰੋਲ ਦੇ ਵਿੱਚ 1200 ਸੀਸੀ ਦਾ ਆ ਜਾਂਦਾ ਜੀ ਡੀਜ਼ਲ ਦੇ ਵਿੱਚ 1500 ਸੀਸੀ ਦਾ ਇੰਜਨ ਆ ਜਾਂਦਾ ਠੀਕ ਹੈ ਜੀ ਹਾਂਜੀ। ਲੇਕਿਨ ਜਿਹੜਾ ਸਮੂਥਨੈਸ ਨੂੰ ਆਪਾਂ ਕਹਿ ਦਈਏ ਐਨ ਕੰਫਰਟੇਬਲ ਰਾਈਡ ਨੂੰ ਕਹਿ ਦਈਏ ਉਹ ਤਾਂ ਈਵੀ ਤੋਂ ਉੱਪਰ ਤਾਂ ਨਹੀਂ ਹੈਗੀ। ਬਿਲਕੁਲ ਸਰ ਕਿਉਂਕਿ ਈਵੀ ਦੀ ਦੇਖੋ ਕੋਈ ਸਾਊਂਡ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਹੈਗਾ ਜੀ ਬਾਕੀ ਗੱਲ ਇਹ ਹੈ ਆਉਣ ਵਾਲਾ ਫਿਊਚਰ ਸਾਰਾ ਈਵੀ ਦਾ ਹੀ ਹੈ ਜੀ ਜਿਵੇਂ ਇਲੈਕਟ੍ਰੋਨਿਕ ਵਹੀਕਲ ਜ਼ਿਆਦਾ ਆ ਰਹੇ ਆ ਸੋ ਤਾਂ ਕਰਕੇ ਮੇਰੇ ਹਿਸਾਬ ਨਾਲ ਬੈਸਟ ਈਵੀ ਰਹੂਗੀ। ਹੁਣ ਜਿੰਨੇ ਵੀ ਅੱਜ ਕੱਲ੍ਹ ਚੰਡੀਗੜ੍ਹ ਦੀ ਗੱਲ ਕਰ ਲਈਏ ਹਾਂ ਚੰਡੀਗੜ੍ਹ ਵਿੱਚ ਵੀ ਜ਼ਿਆਦਾਤਰ ਲੋਕ ਈਵੀ ਨੂੰ ਪ੍ਰੈਫਰ ਕਰਦੇ ਆ। ਸਰ ਬਿਲਕੁਲ ਕਿਉਂਕਿ ਅੱਜ ਕੱਲ੍ਹ ਕੀ ਹੈ ਵੀ ਹੁਣ ਪਟਿਆਲੇ ਦੇ ਵਿੱਚ ਵੀ ਆਪਣਾ ਆ ਰਿਹਾ ਇੱਦਾਂ ਦਾ ਸਿਸਟਮ ਵੀ ਹੌਲੀ ਹੌਲੀ ਲੋਕ ਈਵੀ ਵੱਲ ਜਾ ਰਹੇ ਆ ਕਾਫੀ ਜਗ੍ਹਾ ਤੇ ਸਰ ਚਾਰਜਰ ਇੰਸਟਾਲ ਹੋ ਗਏ ਠੀਕ ਹੈ ਜੀ ਸੋ ਇਹ ਵੀ ਹੁਣ ਤਾਂ ਕਾਫੀ ਲੋਕ ਪਹਿਲ ਦੇ ਰਹੇ ਈਵੀ ਨੂੰ ਈਵਨ ਟਾਟਾ ਦੀ ਕਾਫੀ ਜਿਵੇਂ ਪਹਿਲਾਂ ਟਿਆਗੋ ਹੋ ਗਈ ਨੈਕਸਨ ਹੋ ਗਈ ਪੰਚ ਹੋ ਗਈ ਹਾਂਜੀ ਕਾਫੀ ਗੱਡੀਆਂ ਸੇਲ ਆਊਟ ਹੋਈਆਂ ਸੋ ਜਿਵੇਂ ਹੁਣ ਇਹ ਕਰਵ ਆਈ ਆ ਤਾਂ ਇਹਨੂੰ ਵੀ ਮਤਲਬ ਕਾਫੀ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਜਿਹੜਾ ਬੰਦਾ ਨੈਕਸਨ ਲੈਣ ਦੀ ਸੋਚ ਰਿਹਾ ਸੀ ਉਹ ਹੁਣ ਕੋਈ ਉਹਨੂੰ ਨਵੀਂ ਪ੍ਰੋਡਕਟ ਦਿਖੀ ਹੈ ਉਹਦੇ ਅਕੋਰਡਿੰਗ ਉੱਧਰ ਨੂੰ ਸ਼ਿਫਟ ਹੋ ਰਿਹਾ ਜੀ ਸੋ ਇਹ ਚੀਜ਼ ਆ ਵੀ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਈਵੀ ਦਾ ਈਵੀ ਉਹ ਫਿਊਚਰ ਹੋਊਗਾ ਜੀ ਤੇ ਸਭ ਤੋਂ ਵੱਧ ਗੱਡੀਆਂ ਦੀ ਸੇਲ ਆਊਟ ਹੋਣਗੀਆਂ। ਇਹਦੀ ਗੱਲ ਕੀਤੀ ਜੇ ਇਹ ਕਿਹੜਾ ਮਟੀਰੀਅਲ ਹੋਊਗਾ ਜੀ ਸਾਈਡ ਤੇ ਸਰ ਵਿੱਚ ਡਿਜ਼ਾਈਨ ਲਈ ਪਲਾਸਟਿਕ ਦਿੱਤਾ ਗਿਆ ਸਾਈਡ ਤੇ ਤਾਂ ਮਤਲਬ ਜਿਵੇਂ ਆਪਣੇ ਲਾਈ ਤਿਆਰ ਹੁੰਦੇ ਹੁੰਦੇ ਆ ਐਲੂਮੀਨੀਅਮ ਦੇ ਉਹੀ ਹੁੰਦਾ ਜੀ ਉਹੀ ਐਲੂਮੀਨੀਅਮ ਆ ਵਿੱਚ ਡਿਜ਼ਾਈਨਿੰਗ ਨੂੰ ਸਰ ਜਿਵੇਂ ਆ ਤੁਹਾਡਾ ਹਾਰਡ ਮਟੀਰੀਅਲ ਆ ਗਿਆ ਤੁਹਾਡਾ ਪਲਾਸਟਿਕ ਦਾ ਆ ਗਿਆ ਸੋ ਇਹ ਵੀ ਜਿਵੇਂ ਲੇਟੈਸਟ ਸਰਕਲ ਡਿਜ਼ਾਈਨ ਡਿਜ਼ਾਈਨ ਕੁਝ ਵੱਖਰਾ ਹੀ ਦੇ ਰੱਖਿਆ ਹੈ ਨਾ ਸਾਰਾ ਕੁਝ ਟਾਟਾ ਹੁਣ ਜਿਹੜਾ ਵੀ ਕਨਸੈਪਟ ਲਿਆ ਰਹੀ ਹੈ ਤਕਰੀਬਨ ਨਵਾਂ ਹੀ ਲਿਆ ਰਹੀ ਹੈ ਜੀ ਮਤਲਬ ਕੁਝ ਅਲੱਗ ਜਿਵੇਂ ਪਿਛਲੀਆਂ ਦੀ ਬੈਕ ਲਾਈਟਸ ਦੇਖ ਲਓ ਤੁਸੀਂ ਸੋ ਇਹ ਵੀ ਮਤਲਬ ਕਾਫੀ ਹੋਰ ਆਪਾਂ ਦੂਸਰੀਆਂ ਕੰਪਨੀਆਂ ਦੀ ਜੇ ਗੱਲ ਕਰ ਲਈਏ ਵੀ ਟਾਟਾ ਕੁਝ ਵੱਖਰਾ ਹੀ ਲੈ ਕੇ ਆਉਂਦਾ ਮਾਰਕੀਟ ਦੇ ਵਿੱਚ। ਬਿਲਕੁਲ ਸਰ ਜਦੋਂ ਵੀ ਕੋਈ ਪ੍ਰੋਡਕਟ ਲਾਂਚ ਕਰਦਾ ਤਾਂ ਇਹ ਹੈ ਵੀ ਮਤਲਬ ਨਿਊ ਹੁੰਦਾ ਜੀ ਉਹਦੀ ਸ਼ੇਪ ਵਾਈਜ਼ ਗੱਲ ਕਰੀਏ ਜਾਂ ਵੈਸੇ ਦੇਖੀਏ ਤੇ ਇਹਦੀ ਜਿਹੜੀ ਆਲ ਪਿਛਲੀ ਬੈਕ ਲਾਈਟ ਆ ਗਈ ਹੈਨਾ ਭਾਜੀ ਇਹ ਵੀ ਇੱਥੇ ਦੀ ਲੈ ਕੇ ਉਹ ਟੇਲ ਲੈਂਪ ਕਹਿੰਦੇ ਜੀ ਅੱਛਾ ਕਨੈਕਟਡ ਟੇਲ ਲੈਂਪ ਆ ਗਈ ਬਿਲਕੁਲ ਜੀ ਬਾਕੀ ਇਹਦੇ ਪਿੱਛੇ
ਡੀਪ ਫੋਕਰ ਆ ਗਿਆ ਜੀ, ਡੀਪ ਫੋਕਰ ਆ ਗਿਆ, ਸ਼ਾਰਕ ਫਿਨ ਐਂਟੀਨਾ ਆ ਗਿਆ ਜੀ, ਸ਼ਾਰਕ ਫਿਨ ਐਂਟੀਨਾ ਆ ਗਿਆ। ਗੱਲ ਕੀਤੀ ਜਾਵੇ ਬਲੈਕ ਐਡਿਊਲ ਤੁਹਾਨੂੰ ਆ ਜਾਂਦੀ ਹੈ ਜੀ ਇਹਦੀ, ਇਹ ਵੇਰੀਐਂਟ ਦੇ ਵਿੱਚ। ਬਾਕੀ ਬੈਕ ਤੇ ਸਰ ਲੋਗੋ ਆ ਗਿਆ ਜੀ, ਇਹ ਭਾਜੀ ਜਿਹੜਾ ਆਪਣਾ ਮਾਡਲ ਆ ਗਿਆ ਇਹ ਟੌਪ ਮਾਡਲ, ਟੌਪ ਵੇਰੀਐਂਟ ਸਰ, ਟੌਪ ਵੇਰੀਐਂਟ। ਬਾਕੀ ਬੈਕ ਸੈਂਸਰ ਆ ਜਾਂਦੇ ਆ, ਕੈਮਰਾ ਆ ਜਾਂਦਾ ਜੀ, ਤੋਂ ਮਤਲਬ ਕੈਮਰਾ ਤਾਂ ਚਲੋ 360 ਆ ਗਿਆ, ਸਾਰੀਆਂ ਚੀਜ਼ਾਂ ਕੁੱਲ ਕੁੱਲ ਮਿਲਾ ਕੇ ਆਪਾਂ ਕਹਿੰਦੇ ਟਾਟਾ ਵਾਲਿਆਂ ਨੇ ਐਨ ਠੁੱਕਵੀਂ ਗੱਡੀ ਬਣਾ ਦਿੱਤੀ। ਬਿਲਕੁਲ ਜੀ ਬਿਲਕੁਲ ਸਰ, ਮੋਸਟਲੀ ਕਸਟਮਰ ਜਿਹੜਾ ਵੀ ਆਉਂਦਾ ਇੱਕ ਵਾਰ ਤਾਂ ਜ਼ਰੂਰ ਇੱਧਰ ਨੂੰ ਦੇਖਦਾ ਵੀ ਇਹ ਕੀ ਨਵੀਂ ਚੀਜ਼ ਹੈ। ਉਹ ਮੈਂ ਵੀ ਦੇਖਦਾ ਸੀ, ਮੈਂ ਰੋਡ ਉੱਤੇ ਚੱਲਦੀ ਦੇਖੀ, ਮੈਂ ਇੱਕ ਵਾਰੀ ਲੰਘ ਗਈ ਨਾ ਕੋਲ ਦੀ ਲੰਘ ਗਈ, ਪ੍ਰੈਜੈਂਸ ਬਹੁਤ ਸੋਹਣੀ ਹੈ, ਰੋਡ ਪ੍ਰੈਜੈਂਸ ਇਸ ਗੱਡੀ ਦੀ ਕਾਫੀ ਵਧੀਆ ਹੈ ਜੀ ਸਰ। ਮੈਂ ਬੈਠਦਾ ਪਿੱਛੇ, ਜੇ ਹੁਣ ਆਪਾਂ ਪਿਛਲੀ ਹੈ ਨਾ ਟਾਕੀ ਖੋਲ੍ਹੀ, ਪਿਛਲੀ ਟਾਕੀ ਖੋਲ੍ਹ ਕੇ ਵਿੱਚ ਦੇਖ ਲਿਆ, ਸਭ ਤੋਂ ਪਹਿਲੀ ਗੱਲ ਤਾਂ ਬੰਦਾ ਦੇਖਦਾ ਯਾਰ ਆਪਾਂ ਕੀ ਇੱਧਰ ਟਾਕੀ 'ਤੇ ਮਿਲਦਾ ਆਪਾਂ ਨੂੰ। ਪਿਛਲੇ ਇੱਕ ਬੋਟਲ ਆ ਜਾਏਗੀ ਟੇਢੀ ਕਰਕੇ, ਆਪਾਂ ਇੱਥੇ ਬੋਟਲ ਰੱਖ ਸਕਦੇ ਹਾਂ, ਅਤੇ ਉਸ ਤੋਂ ਬਾਅਦ ਇੱਧਰ ਹਲਕੇ ਫੁਲਕੇ ਆਪਣੇ ਡਾਕੂਮੈਂਟਸ ਹੋ ਉਹ ਰੱਖ ਸਕਦੇ ਹਾਂ। ਇਹਦੇ ਵਿੱਚ ਟਵਿੱਟਰ ਆ ਗਿਆ, ਅਤੇ ਜਿਹੜਾ ਮਿਊਜ਼ਿਕ ਸਿਸਟਮ ਆ ਉਹ ਜੇ ਬੀ ਐਲ ਦਾ ਪ੍ਰੋਵਾਈਡ ਕਰਦਾ ਹੈ, ਲੇਕਿਨ ਜਿਹੜੀ ਮਿਊਜ਼ਿਕ ਸਿਸਟਮ ਦੀ ਕੁਆਲਿਟੀ ਵੀ ਆ ਉਹ ਵੀ ਇੱਕ ਨੰਬਰ ਆ, ਹੈ ਨਾ ਭਾਜੀ। ਬੈਠਣ ਨੂੰ ਵੀ ਆਪਾਂ ਹੈਗਾ ਇੱਕ ਸੋਫੇ 'ਤੇ ਬੈਠੇ ਹਾਂ ਘਰ ਦੇ, ਜਿਵੇਂ ਮੇਰੀ ਹਾਈਟ ਆ ਹੈ ਨਾ ਭਾਜੀ, ਹੁਣ ਆਪਣੀ ਹਾਈਟ ਹੈਗੀ ਆ ਜੀ 5'7" 5'8" ਦੀ, ਮੇਰੇ ਅਕੋਰਡਿੰਗ ਤਕਰੀਬਨ ਗੱਡੀ 'ਚ ਪਿੱਛੇ ਜ਼ਿਆਦਾਤਰ ਬਹਿੰਦੀਆਂ ਲੇਡੀਜ਼, ਹੈ ਨਾ। ਬੰਦੇ ਦਾ ਜਿਵੇਂ ਯਾਰਾਂ ਦੋਸਤਾਂ ਨੇ ਕਦੇ ਘੁੰਮਣ ਫਿਰਨ ਜਾਣਾ ਹੋਵੇ, ਛੋਟੀ ਹਾਈਟ ਵਾਲਾ ਬੰਦਾ ਪਿੱਛੇ ਬਹਿਦਾ, ਇੰਨੀ ਜੇ ਕਹਿ ਦਈਏ ਕੋਈ ਵੱਡੀ ਖਾਸ ਗੱਲ ਵੀ ਨਹੀਂ। ਮੈਨੂੰ ਤਾਂ ਬੜਾ ਏਰੀਆ ਉਰੇ ਮਹਿਸੂਸ ਹੋ ਰਿਹਾ, ਬੜਾ ਵਧੀਆ ਘੈਂਟ ਮਹਿਸੂਸ ਹੋ ਰਿਹਾ, ਫੀਲ ਹੋ ਰਿਹਾ ਵੀ ਐਡੀ ਵੀ ਕੋਈ ਹਾਈਟ ਦਾ ਕੋਈ ਇਸ਼ੂ ਨਹੀਂ ਹੈਗਾ ਜਿਵੇਂ ਲੋਕਾਂ ਨੇ ਬਣਾਇਆ, ਹੈ ਨਾ ਮਿੱਥ ਬਣਾਇਆ ਹੋਇਆ, ਹਾਈਟ ਦਾ ਹੈਗਾ ਪੰਗਾ ਰੌਲਾ, ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਤਿੰਨ ਮੇਰੇ ਹਾਣ ਦੇ ਤਿੰਨ ਜਾਣੇ ਆਰਾਮ ਨਾਲ ਬੈਠ ਸਕਦੇ ਨੇ, ਅਤੇ ਅੱਗੇ ਹੋ ਗਏ ਮੈਂ ਦਿਖਾ ਦਿਆਂ, ਪਿੱਛੇ ਜਿਹੜੇ ਇਹਦੇ ਵੈਂਟ ਹੋ ਗਏ, ਏ ਸੀ ਦੇ ਵੈਂਟ ਹੋ ਗਏ, ਪਿੱਛੇ 45 ਵੋਲਟ ਦਾ ਦਿੱਤਾ ਨੇ, ਹੈ ਨਾ ਜੀ, ਚਾਰਜਿੰਗ ਵਾਸਤੇ। ਪਿੱਛੇ ਏ ਸੀ ਵਾਲੇ ਹੋ ਗਏ ਹੱਥ ਜੇ, ਐਡਾ ਏਰੀ ਮਹਿਸੂਸ ਹੋ ਰਿਹਾ ਯਾਰ, ਇਸ ਤਰ੍ਹਾਂ ਲੱਗ ਰਿਹਾ ਜਿਵੇਂ ਵੱਡੀ ਗੱਡੀ 'ਚ ਬੈਠਾ ਹੁੰਦਾ ਮੈਂ। ਪਿਛਲੇ ਪਾਸੇ ਆਹ ਵੀ ਆ ਗਿਆ ਜੀ, ਹੈਡਰੈਸਟ ਆ ਗਿਆ। ਉਸ ਤੋਂ ਬਾਅਦ ਇਹਨੂੰ ਜੇ ਆਪਾਂ ਕਲਿੱਕ ਕਰਦੇ ਹਾਂ, ਇਹਦੇ ਨਾਲ ਸੀਟਾਂ ਵੀ ਭਾਜੀ ਅੱਗੇ ਪਿੱਛੇ ਹੋ ਸਕਦੀਆਂ ਕਿ ਕਿਸ ਤਰ੍ਹਾਂ ਆ? ਹਾਂਜੀ, ਰਿਕਲਾਈਨਿੰਗ ਸੀਟ ਹੈਗੀ ਹੈ, ਥੋੜਾ ਜਿਹਾ ਫਰਕ ਪੈ ਜੂ, ਇਹ ਥੋੜੀ ਅੱਗੇ ਆ, ਪਿੱਛੇ ਹੋ ਜੇਗੀ, ਇਹ ਪਿੱਛੇ ਵੀ ਹੋ ਸਕਦੀ ਹੈ ਸੀਟ, ਐਵੇਂ ਰਿਕਲਾਈਨ ਜਿਵੇਂ ਆਹ ਵਾਲਾ ਫੋਲਡੇਬਲ ਵੀ ਹੈ, ਫੋਲਡੇਬਲ ਵੀ ਹੈ, ਹੈ ਨਾ। ਜਿਵੇਂ ਆਪਾਂ ਟਰੈਵਲ ਕਰ ਰਹੇ ਹਾਂ ਪਿੱਛੇ, ਜਿਵੇਂ ਇੱਕ ਜਣਾ ਸਿੰਗਲ ਬੈਠਾ ਆ, ਉਹਨੇ ਕਿਹਾ ਵੀ ਪਿੱਛੋਂ ਯਾਰ ਸਮਾਨ ਸਮੂਨ ਕੱਢਣਾ ਆਪਾਂ ਨੇ, ਹੱਥ ਹੁੱਥ ਆਸਾਨੀ ਨਾਲ ਪੈ ਜਾਂਦਾ ਵੀ। ਫੀਚਰ ਵਾਈਜ਼ ਤਾਂ ਪੂਰੀ ਲੋਡਿਡ ਗੱਡੀ ਆ, ਬੜੀ ਸੋਚ ਸਮਝ ਕੇ ਬਣਾਈ ਹੋਈ ਚੀਜ਼ ਆ ਟਾਟਾ ਵੱਲੋਂ, ਅਤੇ ਆਪਾਂ ਉਹੀ ਕਹਿੰਦੇ ਹਾਂ। ਲੇਕਿਨ ਪਿੱਛੇ ਇਹਦੇ ਵਿੱਚ ਉਹ ਨਹੀਂ ਦਿੱਤੇ ਗਏ ਆਪਾਂ ਨੂੰ ਹੋਲਡਰ, ਜਿਵੇਂ ਆਪਾਂ ਕਹਿ ਦਿੰਦੇ ਇੱਕ ਕਾਪੀ ਕੋਈ ਫਾਈਲ ਰੱਖਣੀ ਆ ਆਪਣੀ, ਹੈ ਨਾ। ਪਿੱਛੇ ਯਾਰ ਏਰੀ ਦਾ ਇੰਨਾ ਮਹਿਸੂਸ ਹੋ ਰਿਹਾ, ਲੋਕਾਂ ਨੇ ਪਤਾ ਨਹੀਂ ਕਿਉਂ ਇੰਨਾ ਮਿੱਥ ਜਿਹਾ ਬਣਾ ਰੱਖਿਆ। ਸੋ ਕਹਿਣ ਦਾ ਭਾਵ ਆਹ ਲਾਈਟ ਵੀ ਆ ਗਈ ਯਾਰ ਦੋਸਤੋ, ਐਲਈਡੀ ਲਾਈਟ ਆ, ਵਾਈਟ ਲਾਈਟ ਆ ਗਈ ਆਪਣੇ ਕੋਲ, ਏਅਰ ਬੈਗ ਇਧਰਲੇ ਪਾਸੇ ਵੀ ਪੈਨਲ ਤੇ ਮਿਲ ਜਾਂਦੇ ਆ, ਤੇ ਆਪਣੇ ਸਿਰ ਵਾਲੇ ਪਾਸੇ ਵੀ ਪਿੱਛੇ ਹੈੱਡ ਤੇ ਮਿਲ ਜਾਂਦੇ ਆ ਏਅਰ ਬੈਗ, ਤੇ ਉਸ ਤੋਂ ਬਾਅਦ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਇਹਨਾਂ ਨੇ ਧਿਆਨ ਰੱਖਿਆ, ਜਿਵੇਂ ਆ ਹੈਂਡਲ ਦੇ, ਜਿਵੇਂ ਆਪਾਂ ਨੇ ਕੁਛ ਕੈਰੀ ਕਰਨਾ, ਛੋਟੀ ਮੋਟੀ ਚੀਜ਼ ਆਪਾਂ ਨੇ ਕੈਰੀ ਕਰਨੀ ਆ, ਉਹਦੇ ਵਾਸਤੇ ਵੀ ਇਹਨਾਂ ਨੇ ਬਾਰ ਦੇ ਰੱਖੀ ਆ ਉਰੇ। ਫਿਰ ਉਸ ਤੋਂ ਬਾਅਦ ਆਪਣੇ ਕੋਲ ਹੈਂਡਲ ਆ ਗਿਆ, ਗ੍ਰੈਬ ਹੈਂਡਲ ਆ ਗਿਆ ਜੀ। ਸੀਟਸ ਦੀ ਜਿਹੜੀ ਆਪਾਂ ਕੁਆਲਿਟੀ ਦੀ ਗੱਲ ਕਰ ਲਈਏ, ਇਹ ਕੱਪੜਾ ਲੈਦਰ ਦੀ ਭਾਜੀ? ਹਾਂਜੀ ਸਰ, ਪੂਰਾ ਸਾਰਾ ਲੈਦਰ ਦੀ ਹੈਗਾ, ਵਿੱਚ ਕੱਪ ਹੋਲਡਰ ਆ ਗਏ, ਦੋ ਕੱਪ ਹੋਲਡਰ ਆ ਗਏ। ਲੌਂਗ ਟ੍ਰਿਪ 'ਤੇ ਆਪਾਂ ਜਰਨੀ ਇੰਜੋਏ ਕਰ ਰਹੇ ਹਾਂ, ਸੋ
ਪਟਿਆਲੇ ਸ਼ਹਿਰ ਦੇ ਵਿੱਚ ਜਿਹੜੀ ਨਵੀਂ ਚੀਜ਼ ਆਈ ਹੈ, ਜਿਹੜੀ ਇਹਨਾਂ ਦੀ ਅਟਰੈਕਟਿਵ ਪੈਟਰੋਲ ਰੇਂਜ ਦੀ ਮੈਨੂੰ ਸ਼ੁਰੂਆਤ ਲੱਗੀ। 10 ਕੁ ਲੱਖ ਤੋਂ ਇਹ ਗੱਡੀ ਦੀ ਰੇਂਜ ਸਟਾਰਟ ਆ ਦੋਸਤੋ। ਵੀ ਤੁਸੀਂ ਪਟਿਆਲੇ ਆਪਣਾ ਸ਼ਹਿਰ ਦੇ ਵਿੱਚ ਹੈ ਨਾ ਟਾਟਾ ਮੋਟਰਸ ਦੇ ਤੁਸੀਂ ਵਿਜ਼ਿਟ ਕਰੋ ਇੱਕ ਵਾਰੀ ਜ਼ਰੂਰ, ਅਤੇ ਤੁਹਾਨੂੰ ਪਤਾ ਲੱਗੂਗਾ ਵੀ ਇੰਨੀ ਘੱਟ ਰੇਂਜ ਦੇ ਵਿੱਚ ਤੁਹਾਨੂੰ ਐਡੀ ਘੈਂਟ ਗੱਡੀ ਮਿਲ ਰਹੀ ਆ। ਉਸ ਤੋਂ ਬਾਅਦ ਬੈਠਣ ਤੋਂ ਬਾਅਦ ਮਹਿਸੂਸ ਹੋਊਗਾ ਥੱਲੇ ਇਹਦੇ ਥੱਲੇ ਬੈਟਰੀ ਪੈਕਸ ਆ ਗਏ ਹੈ ਨਾ ਜੀ, ਪੂਰਾ ਫਲੋਰ ਆਪਣਾ ਬੈਟਰੀ ਦੇ ਨਾਲ ਕੰਪਲੀਟ ਲੋਡਿਡ ਹੋਊਗਾ। ਠੀਕ ਹੈ, ਹੁਣ ਟੇਲਗੇਟ ਆ ਜਾਂਦੀ ਹੈ, ਪਾਵਰ ਟੇਲਗੇਟ ਆ ਗਈ। ਹਾਂ, ਇਸ ਨੂੰ ਆਪਾਂ ਜਦੋਂ ਕਰਦੇ ਹਾਂ ਗੈਸਚਰ ਕੰਟਰੋਲ ਆ ਜਾਂਦਾ ਹੁੰਦਾ। ਅੱਛਾ ਜੀ, ਆਪਣੇ ਆਪ ਹੀ ਬੂਟ ਓਪਨ ਹੋਏ ਤੇ ਇਹ ਟੌਪ ਮਾਡਲ ਦਾ ਹੀ ਫੀਚਰ ਹੈ। ਟੌਪ ਇਕੱਲਾ ਆਪਾਂ ਨੂੰ ਟੌਪ ਮਾਡਲ 'ਚ ਹੀ ਮਿਲੂਗਾ ਜੀ? ਇਸ ਦੇ ਵਿੱਚ 500 ਲੀਟਰ ਬੂਟ ਸਪੇਸ ਆ ਜਾਂਦੀ ਹੈ। ਠੀਕ ਹੈ ਜੀ, ਜੋ ਕਿ ਬਹੁਤ ਵੱਡਾ ਲਗੇਜ ਵਗੈਰਾ ਜਿਵੇਂ ਮਰਜ਼ੀ ਆਪਾਂ ਦੂਰ ਜਾਣਾ ਹੈਗਾ, ਜੋ ਮਰਜ਼ੀ ਸਮਾਨ ਰੱਖ ਲਈਏ, ਕੰਫਰਟੇਬਲੀ ਆਪਾਂ ਰਾਈਡ ਕਰ ਸਕਦੇ। ਸਪੇਸ ਦੀ ਵੀ ਗੱਲ ਆਪਾਂ ਕਰ ਲਈਏ ਵੀ ਬਹੁਤ ਖੁੱਲੀ ਡੁੱਲੀ ਸਪੇਸ ਆ ਇਹਦੇ, ਖਾਸਾ 3 ਟੈਚੀਆਂ ਦਾ ਆਰਾਮ ਨਾਲ ਆ ਸਕਦੀ ਆ। ਜ਼ਿਆਦਾ ਜੀ 5 ਟੈਚੀਆਂ। ਅੱਛਾ ਜੀ, ਲੰਬੀ ਵੀ ਵਿੱਚ ਜੀ, ਵੱਡੇ ਬੈਗ ਆ ਜਾਣਗੇ ਇਸ। ਹਾਂ, ਜਿਵੇਂ ਪਾਰਸਲ ਸ਼ੈਲਫ ਹੈ ਜੋ ਇਹ ਵੀ ਹਟ ਜਾ ਸਕਦਾ, ਹਟਾ ਸਕਦੇ ਆ ਆਪਾਂ ਪਾਰਸਲ, ਇਹਨੂੰ ਹਟਾ ਕੇ ਤਾਂ ਫਿਰ ਆਪਾਂ ਤਾਂ ਕਾਫੀ ਉੱਪਰ ਦਾ ਫੁੱਲੀ ਲੋਡਡ ਕਰ ਸਕਦੇ ਆ। ਲੇਕਿਨ ਐਡਵਾਈਸ ਨਹੀਂ ਆਪਾਂ ਦਿੰਦੇ ਪੂਰੀ, ਜੋ ਪਿੱਛੇ ਦਾ ਵੀ ਆਪਾਂ ਨੇ ਚੈੱਕ ਚੁੱਕ ਕਰਨਾ ਹੁੰਦਾ ਕਿ ਨਹੀਂ। ਹੁਣ ਇਹਨੂੰ ਜੀ ਆਪਾਂ ਕਲੋਜ਼ ਕਰਨਾ ਸਰ, ਇੱਧਰ ਹੈਗਾ ਇਹਦਾ ਬਟਨ ਹੈਗਾ, ਇਹਨੂੰ ਬਟਨ ਪ੍ਰੈਸ ਕੀਤਾ, ਬਟਨ ਤੋਂ ਆਪ ਹੀ ਲੋਕ ਕੱਲਾ ਬਟਨ ਤੋਂ ਹੋਗਾ ਕਿ ਉਹ ਵੀ ਲੱਗ ਤੋਂ ਹੋ ਸਕਦਾ, ਉਹ ਪਰ ਬਟਨ ਤੋਂ ਪਰ ਤੋਂ ਪ੍ਰੈਸ ਉਹ ਇਸ ਨੂੰ ਰੋਕਣਾ, ਰੁਕ ਵੀ ਜਾਏਗਾ ਅੱਗੇ ਸੈਟਿੰਗ ਹੁੰਦੀ ਹੈ। ਠੀਕ ਹੈ, ਕਿਸ ਸਾਈਡ ਤੇ ਆਪਾਂ ਇਸ ਨੂੰ ਜਾਂ ਪੂਰੀ ਓਪਨ ਕਰਨਾ ਹੈ ਜਾਂ ਘੱਟ ਕਰਨਾ ਹੈਗਾ, ਅੰਦਰੋਂ ਸੈਟਿੰਗ ਹੋ। ਠੀਕ ਹੈ ਭਾਜੀ, ਤੇ ਇਹਦੇ ਵਿੱਚ ਜਿਹੜੀ ਲਾਈਟ ਦੇ ਵਿੱਚ ਪਿੱਛੇ ਜੋ ਹੈ ਪੂਰੀ ਟੇਲ ਲੈਂਪ ਆ ਜਾਂਦੀ ਹੈ, ਟੇਲ ਲੈਂਪ ਆ ਗਈ ਜੀ, ਤੇ ਬੈਕ ਸੈਂਸਰ ਹੋ ਗਿਆ ਜੀ, ਇੱਕ ਕੈਮਰਾ ਆ ਜਾਂਦਾ ਹੈਗਾ, ਤੇ ਬੈਚ ਆ ਜਾਂਦਾ ਹੈਗਾ ਆਪਣਾ, ਹੋਰ ਨੀਚੇ ਸਕਰਟ ਪਲੇਟ ਆ ਜਾਂਦੀ। ਠੀਕ ਆ ਭਾਜੀ, ਗਰਾਊਂਡ ਕਲੀਅਰੈਂਸ ਵੀ ਅੱਛੀ ਖਾਸੀ ਹੈ, ਵੀ ਐਂ ਨਹੀਂ ਕਿ ਬੰਦਾ ਸਮਝੇ ਮੈਂ ਛੋਟੀ ਗੱਡੀ 'ਚ ਬੈਠਿਆ, ਰੇਂਜ ਦੇ ਹਿਸਾਬ ਨਾਲ ਵੀ ਆਪੇ। ਗਰਾਊਂਡ ਕਲੀਅਰੈਂਸ ਦੀ ਗੱਲ ਕਰੀਏ 208 mm ਦੀ ਗਰਾਊਂਡ ਕਲੀਅਰੈਂਸ ਹੈਗੀ ਹੈ। 208 ਜੀ, ਠੀਕ ਆ ਭਾਜੀ। ਬਾਕੀ ਕਲਰ ਆਪਸ਼ਨ ਆਪਾਂ ਨੂੰ ਹੋਰ ਇਹਦੇ ਵਿੱਚ ਕੀ? ਹਾਂ ਬਿਲਕੁਲ ਜੀ, ਇਸ ਦੇ ਵਿੱਚ ਕਲਰ ਆਪਸ਼ਨ ਆਪਾਂ ਨੂੰ 6 ਕਲਰ ਮਿਲ ਜਾਂਦੇ। 6 ਇਹ ਜੋ ਈਵੀ ਦਾ ਕਲਰ ਹੈਗਾ ਟੌਪ ਮਾਡਲ ਦੇ ਵਿੱਚ, ਕਲਰ ਵਿੱਚ ਇਹ ਆ ਜਾਏਗਾ। ਠੀਕ ਹੈ ਜੀ, ਬਾਕੀ ਅਗਰ ਤੁਸੀਂ ਦੂਸਰਾ ਦੇਖਦੇ ਹੋ ਡੀਜ਼ਲ ਪੈਟਰੋਲ ਦੇ ਵਿੱਚ, ਉਸ ਦੇ ਵਿੱਚ ਥੋੜ੍ਹਾ ਲੁੱਕ ਦਾ ਵੀ ਫਰਕ ਆ ਜਾਂਦਾ। ਜਿਹੜੀ ਇਹ ਇਸ ਰੰਗ ਦਾ ਈਵੀ ਸੈਗਮੈਂਟ ਦਾ ਕਲਰ ਆ, ਜਿਹੜੀ ਪੋਰਸ਼ ਹੈ ਇੰਨਾ ਮਹਿੰਗਾ ਬ੍ਰਾਂਡ ਹੈ ਨਾ, ਉਹ ਵੀ ਆਪਣੇ ਈਵੀ ਸੈਗਮੈਂਟ ਦੇ ਵਿੱਚ ਆਹੀ ਕਲਰ ਦਿੰਦੇ ਆ, ਵੀ ਇਹ ਵੀ ਬੜੀ ਸੋਹਣੀ ਗੱਲ ਲੱਗੀ ਆ ਰਿਹਾ। ਮਤਲਬ ਕਿ ਜਿਹੜੇ ਜਿਹਦਾ ਬੰਦੇ ਦਾ ਹੱਥ ਵੱਡਾ ਨਹੀਂ ਪੈਂਦਾ, ਉਹ ਆਪਦੇ ਸ਼ੌਂਕ ਪੂਰੇ ਇੰਨੇ 'ਚ ਕਰ ਸਕਦਾ। ਜੋ ਇਹਨਾਂ ਨੇ ਰੇਟ ਨਿਕਾਲਿਆ ਨਾ, ਉਹ ਇਸ ਪ੍ਰੋਡਕਟ ਦੇ ਵਿੱਚ ਤੁਹਾਨੂੰ ਇਸ ਰੇਟ ਦੇ ਵਿੱਚ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਇਸ ਸੈਗਮੈਂਟ ਦੀ ਕਾਰ ਨਹੀਂ ਮਿਲਦੀ, ਔਰ ਇਸਦਾ ਡਿਜ਼ਾਈਨ ਵੀ ਬਹੁਤ ਬੈਸਟ ਹੈਗਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਘਰ ਘਰ ਗੱਡੀ ਦਿੱਤਾ ਹੋਏਗੀ। ਬਿਲਕੁਲ, ਔਰ ਰਿਸਪੌਂਸ ਵੀ ਸਾਨੂੰ ਕਸਟਮਰ ਦਾ ਬਹੁਤ ਵਧੀਆ ਆ ਰਿਹਾ ਹੈਗਾ। ਠੀਕ ਹੈ ਜੀ, ਅਤੇ ਕਿਉਂਕਿ ਹੁਣ ਤੱਕ ਕਾਫੀ ਸਾਡੀ ਗੱਡੀਆਂ ਬੁੱਕ ਵੀ ਹੋ ਚੁੱਕੀਆਂ ਨੇ, ਅਸੀਂ 3 ਤੋਂ 4 ਗੱਡੀ ਈਵੀ ਦੀ ਡਿਲੀਵਰ ਵੀ ਕਰ ਚੁੱਕੇ। ਬਾਈ ਜਾਨੀ ਐਡਾ ਹੋ ਗਈ, ਬਾਈ ਕਹਿੰਦਾ ਵੀ ਇਹਦਾ ਬੋਲਣ ਵਿੱਚ ਇਕੱਲਾ ਚੱਕਣ ਵਾਸਤੇ ਬੰਦੇ ਨੂੰ ਰੋਟੀ ਖਾ ਕੇ ਆਉਣਾ ਪੈਣਾ। ਟਾਟਾ ਦਾ ਲੋਹਾ, ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ, ਸੇਫਟੀ ਵੀ ਇਸੀ ਵੀ ਹੈ, ਸੇਫਟੀ ਵੀ ਇਸੀ ਚੀਜ਼ਾਂ ਕਰਕੇ ਬੰਦਾ। ਹੁਣ ਆਪਾਂ ਰੋਡ ਐਕਸੀਡੈਂਟ ਜਿਹੜੇ ਵੀ ਆਪਾਂ ਯੂਟਿਊਬ ਦੇ ਉੱਤੇ ਦੇਖਦੇ ਹਾਂ, ਜਿੰਨੇ ਵੀ ਲੋਕ ਮਰੂਤੀ ਦੇ ਨਾਲ ਕੰਪੈਰੀਜ਼ਨ ਇਹਦਾ ਕਰ ਲਈਏ, ਵੀ ਇਹਦਾ ਧੱਕੜ ਹੈ ਪੂਰਾ। ਬਾਕੀ ਸੇਫਟੀ ਵਾਈਜ਼ ਤਾਂ 6 ਸਟਾਰ ਹੈ ਆਪਣੇ,
ਤੇ ਜੋ ਬੈਟਰੀ ਪੈਕ ਦੀ ਗੱਲ ਕਰੀਏ, ਇਸ ਦੇ ਵਿੱਚ 2 ਤਰ੍ਹਾਂ ਕਿਲੋਵਾਟ ਦੀ ਬੈਟਰੀ ਆਉਂਦੀ ਹੈਗੀ ਹੈ। ਠੀਕ ਹੈ ਜੀ। ਇੱਕ ਹੈਗੀ ਹੈ 45 ਕਿਲੋਵਾਟ ਦੀ, ਇੱਕ ਹੈਗੀ 55 ਕਿਲੋਵਾਟ। ਇੱਕ 45 ਕਿਲੋਵਾਟ ਦੀ ਅਤੇ ਇੱਕ 55 ਕਿਲੋਵਾਟ। ਠੀਕ ਹੈ। 45 ਕਿਲੋਵਾਟ ਵਾਲੀ ਬੈਟਰੀ ਹੈਗੀ ਹੈ ਉਹ 502 ਕੰਪਨੀ ਕਲੇਮ ਹੈਗਾ। ਠੀਕ ਹੈ ਜੀ। ਔਰ 55 ਕਿਲੋਵਾਟ ਵਾਲੀ ਬੈਟਰੀ ਦੇ ਵਿੱਚ ਆਪਾਂ ਨੂੰ 585 ਕੰਪਨੀ ਕਲੇਮ ਕਿਲੋਮੀਟਰ ਮਿਲ ਜਾਂਦੇ ਆ। ਓਕੇ। ਵਨ ਟਾਈਮ ਚਾਰਜਿੰਗ ਨਾਲ ਤਕਰੀਬਨ ਤੁਹਾਨੂੰ ਇਹ 450 ਆਰਾਮ ਨਾਲ ਕਿਲੋਮੀਟਰ ਕੱਟ ਕੇ ਚਲਾ। ਠੀਕ ਹੈ ਭਾਅ ਜੀ। ਇਹਦੀ ਜਿਹੜੀ ਰੇਂਜ ਦੀ ਹੈ ਨਾ 17 ਲੱਖ ਤੋਂ ਲੈ ਕੇ 17 ਲੱਖ 59 ਹਜ਼ਾਰ ਤੋਂ ਇਹਦੀ ਕੀਮਤ ਸ਼ੁਰੂਆਤ ਹੈ। ਸ਼ੁਰੂਆਤ ਤੇ ਟੌਪ ਤੱਕ ਇੱਥੋਂ ਤੱਕ ਜਾਣ ਲਈ ਬੰਦੇ ਨੂੰ ਕਿੰਨੇ ਕੁ ਪੈਸੇ ਖਰਚਣੇ ਪੈਣੇ ਨੇ? ਸਰ ਤਕਰੀਬਨ ਔਨ ਰੋਡ ਜੋ ਟੌਪ ਮਾਡਲ ਦਾ ਪੈਂਦਾ ਹੈਗਾ ਉਹ 23 ਲੱਖ ਰੁਪਏ ਦਾ ਆਪਣੇ ਪੰਜਾਬ ਦੇ ਵਿੱਚ ਪੈ ਜਾਂਦਾ ਹੈਗਾ। ਤੇ ਕਿਉਂਕਿ ਪਰ ਇਸਦੀ RC ਹੈ ਜੋ ਸਿਰਫ ਉਸਦੇ ਵਿੱਚ ਸਬਸਿਡੀ ਟਾਈਪ ਦੇ ਵਿੱਚ ਆਪਾਂ ਨੂੰ ਸਿਰਫ RC ਦੀ 4000 ਦੀ RC ਮਿਲਦੀ। 4000 ਦੀ RC ਸਿਰਫ? ਚਾਹੇ ਜਿਹੜਾ ਮਰਜ਼ੀ ਵੇਰੀਐਂਟ ਦੇਖੋ ਤੁਸੀਂ, ਸਿਰਫ 4000 ਦੀ RC ਮਿਲਦੀ। ਅੱਛਾ ਜੀ। ਇਹਦੇ ਵਿੱਚ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ? ਸਰਕਾਰ ਵੱਲੋਂ ਸਬਸਿਡੀ। ਠੀਕ ਹੈ। ਇਹ ਹੈ ਕਿ ਸਿਰਫ 4000 ਦੀ ਆਪਾਂ ਨੂੰ RC। ਠੀਕ ਹੈ। ਲੇਕਿਨ ਇਹਦੇ ਵਿੱਚ ਜਿਹੜੀ ਫਰੰਟ ਦੇ ਵਿੱਚ ਵੀ ਆਪਾਂ ਨੂੰ ਅੱਛਾ ਜੀ ਸਪੇਸ ਮਿਲ ਜਾਂਦੀ ਹੈਗੀ। ਕੀ ਬਾਤ ਹੈ। ਇਹ ਤਾਂ ਹੁਣ ਦੇਖਿਆ ਨਾ, ਇਹ ਤਾਂ ਐਂ ਲੱਗ ਰਿਹਾ ਸੀਗਾ ਜਿਵੇਂ ਇੰਜਨ ਹੀ ਇੰਜਨ ਹੁੰਦਾ। ਇਸ ਮੋਟਰ ਹੈ, ਮੋਟਰ ਨੀਚੇ ਹੁੰਦੀ ਹੈ ਜੀ। ਅੱਛਾ ਜੀ। ਮੋਟਰਾਂ ਤੇ ਇੰਜਨ ਨਹੀਂ ਆਏਗਾ, ਇੰਜਨ ਉਹ ਡੀਜ਼ਲ ਪੈਟਰੋਲ ਚੱਲੇਗਾ। ਇੰਜਨ ਦਾ ਹਾਜੀ ਹਾਂ। ਇਹਦੇ 'ਚ ਇਕੱਲੇ ਬਸ ਇਕੱਲੇ ਆਪਾਂ ਜੇ ਕੈਮਰੇ ਤੋਂ ਤਾਂ ਹੁਣ ਆਪਾਂ ਦਿਖਾ ਨਹੀਂ ਸਕਦੇ ਪੂਰਾ ਪ੍ਰੋਪਰ, ਲੇਕਿਨ ਜਿਹੜੇ ਹਿਸਾਬ ਨਾਲ ਐਂਗਲ ਦੇ ਫਿਟਿੰਗ ਹੋਈਆਂ ਹੋਈਆਂ ਨੇ ਮੋਟਰਸ, ਹੈ ਨਾ, ਬੈਟਰੀ ਆ ਗਈ, ਉਸ ਤੋਂ ਬਾਅਦ ਇੱਥੇ ਵੀ ਛੋਟੀ ਮੋਟੀ ਆਪਾਂ ਜਿਵੇਂ ਚਾਰਜਿੰਗ ਦੇ ਕੁਛ ਸਮਾਨ ਰੱਖ ਸਕਦੇ, ਕੇਬਲ ਰੱਖ ਲਈਆਂ, ਹੈ ਨਾ, ਆਪਾਂ ਯੂਜ਼ ਲਈ ਰੱਖ ਸਕਦੇ ਹੈਗੇ। ਜੇ ਆਪਾਂ ਨੂੰ ਬੂਟ ਸਪੇਸ ਨਹੀਂ ਰੱਖਣਾ ਹੈਗਾ, ਫਰੰਟ 'ਤੇ ਹੀ ਰੱਖਣਾ ਹੈ। ਹਾਂ, ਤਾਂ ਰੱਖਣਾ, ਉਹ ਵੀ ਹੋ ਸਕਦਾ ਬੜੇ। ਇੱਧਰ ਪਲਾਸਟਿਕ ਆ ਗਿਆ, ਇੱਧਰ ਸਾਰਾ ਕੁਛ, ਮਤਲਬ ਕਿ ਸਾਰਾ ਆਲ ਓਵਰ ਸੇਮ ਆ, ਬਸ ਇੰਜਨ ਨਹੀਂ ਹੈਗਾ। ਇੰਜਨ ਨਹੀਂ ਹੈ, ਬਾਕੀ ਸਾਨੂੰ ਇਹ ਪਰਫਾਰਮੈਂਸ ਵਾਈਜ਼ ਬਹੁਤ ਬੈਸਟ ਹੈਗੀ ਹੈ ਜੀ, ਕਿਉਂਕਿ ਮੋਟਰ ਦੇ ਚੱਲਣ ਕਰਕੇ ਨਾ ਇਸ ਦੀ ਵਾਈਬ੍ਰੇਸ਼ਨ ਹੈ ਨਾ ਨੋਇਸ ਹੈ, ਬਹੁਤ ਸਮੂਥ ਡਰਾਈਵਿੰਗ ਹੈਗੀ ਹੈ, ਕੰਫਰਟ ਰਾਈਡ ਹੈ, ਕੰਫਰਟ ਰਾਈਡ ਹੈ। ਉਹ ਬੈਠਣ ਤੇ ਇੰਨੀ ਕੰਫਰਟੇਬਲ ਹੈ, ਮੈਂ ਹਜਾ ਚੱਲੂਗੀ। ਜੋ ਇਸੇ ਵਿੱਚ ਫੀਚਰ ਪਾਏ ਨੇ ਨਾ, ਹਾਂਜੀ, ਇਹਦੇ ਵਿੱਚ ਬਹੁਤ ਜ਼ਿਆਦਾ ਫੀਚਰ ਪਾਏ ਹੋਏ ਨੇ। ਲੈਵਲ 2 ਅਡਾਸ ਹੈਗਾ ਜਿਸ ਦੇ ਵਿੱਚ ਲੇਨ ਕੀਪ ਅਸਿਸਟ ਆ ਜਾਏਗਾ, ਇਸ ਦੇ ਵਿੱਚ ਤੁਸੀਂ ਸਟੀਅਰਿੰਗ ਛੋੜ ਕੇ ਵੀ ਡਰਾਈਵ ਕਰ ਸਕਦੇ, ਜਿੱਧਰ ਨੂੰ ਲੇਨ ਮੁੜੇਗੀ ਉਸ ਸਾਈਡ ਨੂੰ ਸਟੀਅਰਿੰਗ, ਉਧਰ ਉਧਰ ਨੂੰ ਹਲਕਾ ਹਲਕਾ, ਲੇਕਿਨ ਬੰਦੇ ਨੂੰ ਆਪਣੀ ਸੇਫਟੀ ਵੀ ਬਹੁਤ ਜ਼ਰੂਰੀ ਹੈ ਨਾ। ਇੰਡੀਅਨ ਰੋਡ ਹੈ, ਬੰਦਾ ਨਹੀਂ ਤਾਂ ਮੈਂ ਖਾਦੀ ਕੀਤੀ ਜੀ ਚਲਾਈ ਜਾਂਦਾ ਯਾਰ, ਚੱਲੀ ਜਾਵੇ ਗੱਡੀ ਆਪੇ, ਹੈ ਨਾ। ਸਹੀ ਹੈ। ਇਹ ਆਪਣਾ ਇਹ ਇੱਧਰ ਇਹ ਆਪਣਾ ਟਾਟਾ ਲੋਗੋ ਹੈ, ਇਹ ਵੈਸੇ ਅੱਗੋਂ ਵੀ ਹੋ ਜਾਂਦਾ ਪਰ ਇੱਧਰ ਜੋ ਚਾਰਜਿੰਗ ਵਾਲੇ ਪੁਆਇੰਟਸ ਹੈਗੇ ਨੇ ਉਹ ਇੱਧਰ ਆਏ। ਕੀ ਬਾਤ ਹੈ। ਮਤਲਬ ਇਹਦੇ 'ਚ ਸਾਨੂੰ ਪੈਟਰੋਲ ਨਹੀਂ ਪਾਉਣਾ ਪੈਣਾ, ਇਹਦੇ ਸਾਨੂੰ ਸਿਰਫ ਪਲੱਗ ਲਾਉਣਾ, ਜਿਹੜਾ ਆਪਣਾ ਘਰਾਂ ਦੇ ਵਿੱਚ ਵੀ ਆਪਾਂ ਲਾ ਸਕਦੇ ਹਾਂ, ਸਿੰਪਲ ਚਾਰਜਿੰਗ ਵੀ ਘਰੇ ਵੀ ਲੱਗ ਜਾਂਦਾ, ਫਾਸਟ ਚਾਰਜਰ ਵੀ ਆ ਜਾਂਦਾ, ਫਾਸਟ ਚਾਰਜਰ ਵੀ ਆ ਗਿਆ। ਕੀ ਬਾਤ ਹੈ। ਸੋ ਇਹ ਸੀ ਵੀਡੀਓ ਅੱਜ ਦੀ ਦੋਸਤੋ, ਟਾਟਾ ਸ਼ੋਰੂਮ ਦੇ ਵਿੱਚ ਭਰਾਵਾਂ ਨੇ ਬਹੁਤ ਸਾਥ ਦਿੱਤਾ, ਮਤਲਬ ਇਹ ਗੱਡੀ ਮੈਂ ਵੀ ਦੇਖਣਾ ਚਾਹੁੰਦਾ ਸੀਗਾ ਵੀ ਆਪਣੇ ਦਰਸ਼ਕਾਂ ਨੂੰ ਵੀ ਆਪਾਂ ਦਿਖਾਉਣਾ ਚਾਹੁੰਦੇ ਸੀਗੇ ਵੀ ਕਿੰਨੇ ਕੁ ਰੇਂਜ ਤੋਂ, ਹੈ ਨਾ, ਪ੍ਰਾਈਜ਼ ਸਟਾਰਟ ਆ, ਪ੍ਰਾਈਜ਼ ਦੇ ਅਕੋਰਡਿੰਗ ਵੀ ਐਡੀ ਸੋਹਣੀ ਗੱਡੀ ਆ ਅਤੇ ਅੰਦਰੋਂ ਪ੍ਰੀਮੀਅਮਨੈਸ ਇੰਨੀ ਫੀਲ ਕਰਾਉਂਦੀ ਆ, ਤੁਸੀਂ ਐਂ ਲੱਗਦਾ ਪਤਾ ਨਹੀਂ ਆਪਾਂ ਕਿਹੜੇ ਯਾਰ ਲੈਵਲ 'ਤੇ ਆ ਗਏ, ਹੈ ਨਾ, ਪਹੁੰਚ ਗਏ ਹਾਂ। ਸੋ ਟਾਟਾ ਨੇ ਬਹੁਤ ਹੀ ਵਧੀਆ ਵਧੀਆ ਘੈਂਟ ਭਾਵ ਸਮਝ ਲਓ ਹੁਣ ਗੱਲ ਨੂੰ ਵੀ ਤਬਾਹੀ ਠਾ ਰੱਖੀ ਹੈ ਇਹਨਾਂ ਨੇ ਮਾਰਕੀਟ ਦੇ ਵਿੱਚ। ਹੁਣ ਅੱਜ ਦੀ ਵੀਡੀਓ ਦੋਸਤੋ ਇੱਥੇ ਹੀ ਕਰਦੇ ਹਾਂ ਸਮਾਪਤ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ।